ने जिन्ना नुकसान इन्होंने करके वापस लाया जो मैं क्या ही उदो तो आंदे ही एक कदम भी पिछे नहीं हटना। अगर तुसी नहीं समझा पा रहे तो समझ लो उन्हों को जिन्ना के फायदे वास्ते आप कानून बनाए आ। किसानों के सबर की जित आ, उन्होंने संतोख की जित आ, उन्होंने विल पावर की जित आ, इनू एदा बीजेपी नू कोई फायदा नहीं होना। कि अज की डेट दे विच ते बच्चा जिहड़ी सब्जी नहीं खाता उन्हें तो जबरदस्ती माँ प्यो खवा नहीं सकते। कहिंदा मैं रोटी भी नहीं खाता, जाओ ते तुसी जबरदस्ती आंदे तुहाडा फायदा करना वा। फायदा जिन्हां दा करना वही नहीं जदों मनदे पए। फाइनैंशली नुकसान हो गया रेलवे का, पंजाब का जिहड़ा वा व्यापार का इंडस्ट्री का, इन्ना नुकसान करन तों बाद फिर उही गल कीती इहदा फायदा की होया। पंजाब दे फैसले पंजाब च होणगे, पंजाब दी मिट्टी दे नाल प्यार है इस पार्टी नूं। मैं पैशन वेख्या सुखबीर दे विच क्योंकि मैं मिनिस्टर रहा नाल। विरोधी पार्टियां ने श्रोमणी अकाली दल नूं बरगाड़ी दे कांड दे नाल जोड़दी है, श्रोमणी अकाली दल नूं रेत माफिया दे नाल जोड़दी है, श्रोमणी अकाली दल नूं चिट्टे दे नाल जोड़दी है। इह सारियां घुमण घेरियां दे विच श्रोमणी अकाली दल नूं बार बार लियांदा जांदा। ਇਹ ਸ਼ੈਤਾਨ ਦਿਮਾਗ ਜਾਂ ਜਿਹੜੇ ਆਪੋਜੀਸ਼ਨ ਵਾਲੇ ਹੁੰਦੇ ਆ ਉਹਨਾਂ ਦੀਆਂ ਬਣਾਏ ਮੁੱਦੇ ਹੁੰਦੇ ਆ, ਉਹੀ ਇਹ ਸਾਜ਼ਿਸ਼ਾਂ ਕਰਦੇ ਆ। ਬੇਅਦਬੀ ਦੇ ਮੁੱਦੇ ਦੇ ਉੱਤੇ ਜਿਹੜੀ ਕੁੰਵਰ ਵਿਜੇ ਪ੍ਰਤਾਪ ਨੇ ਵੀ ਕੀਤੀ, ਉਹਦੇ ਵੇਖੋ ਚਾਰ ਜਿਹੜੇ ਆ ਉਹ ਐਸ ਆਈ ਟੀ ਦਾ ਜਿਹੜਾ ਚੀਫ ਸੀਗਾ ਉਹ ਰਿਜ਼ਾਈਨ ਕਰ ਗਿਆ, ਤਿੰਨ ਦੂਜੇ ਮੈਂਬਰ ਰਿਜ਼ਾਈਨ ਕਰ ਗਏ, ਇਕੱਲਾ ਹੀ ਸਾਈਨ ਕਰੀ ਗਿਆ, ਇੱਕ ਸਟੋਰੀ ਘੜ ਕੇ ਉੱਥੇ ਲੈ ਗਏ। ਪੰਜਾਬ ਦੇਖ ਰਹੇ ਤੁਸੀਂ, ਮੈਂ ਹਾਂ ਐਨਵੀ ਮਾਜਰਾ, ਮੇਰੇ ਨਾਲ ਅਨਿਲ ਜੋਸ਼ੀ ਜੀ ਮੌਜੂਦ ਨੇ। ਸਰ ਕਿਵੇਂ ਦੇਖਦੇ ਹੁਣ ਅੰਦੋਲਨ ਖਤਮ ਹੋ ਗਿਆ, ਤਿੰਨੋਂ ਕਾਲੇ ਕਾਨੂੰਨ ਬੀਜੇਪੀ ਨੇ ਵਾਪਸ ਲੈ ਲਏ, ਤੁਸੀਂ ਬੀਜੇਪੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਆਏ ਹੋ, ਫਿਰ ਲੋਕ ਲੱਗਦਾ ਵੀ ਚੋਣ ਲੱਗ ਜਾਣਗੇ ਬੀਜੇਪੀ ਨੂੰ, ਇਹ ਚਾਹ ਰਹੇ ਨੇ? ਜਿੰਨਾ ਨੁਕਸਾਨ ਇਹਨਾਂ ਨੇ ਕਰਕੇ ਵਾਪਸ ਲਿਆ ਜਦੋਂ ਮੈਂ ਕਿਹਾ ਸੀ ਉਦੋਂ ਤੇ ਆਉਂਦੇ ਸੀ ਇੱਕ ਕਦਮ ਵੀ ਪਿੱਛੇ ਨਹੀਂ ਹਟਣਾ, ਕਿਉਂਕਿ ਮੈਂ ਇਹੀ ਕਿਹਾ ਸੀ ਜੋ ਕਿਹਾ ਕਿ ਮੋਦੀ ਸਾਹਿਬ ਨੇ ਇਹ ਕਾਨੂੰਨ ਵਾਪਸ ਲਏ ਆ, ਅਸੀਂ ਸਮਝਾ ਨਹੀਂ ਪਾਏ। ਤੇ ਮੈਂ ਉਦੋਂ ਇਹਨਾਂ ਨੂੰ ਕਿਹਾ ਸੀ ਕਿ ਅਗਰ ਤੁਸੀਂ ਨਹੀਂ ਸਮਝਾ ਪਾ ਰਹੇ ਤੇ ਸਮਝ ਲਓ ਉਹਨਾਂ ਕੋ ਜਿਨ੍ਹਾਂ ਦੇ ਫਾਇਦੇ ਵਾਸਤੇ ਆਪਾਂ ਇਹ ਕਾਨੂੰਨ ਬਣਾਏ ਆ। ਜੇ ਉਹਨਾਂ ਦਾ ਇਸ ਤਰ੍ਹਾਂ ਫਾਇਦਾ ਨਹੀਂ ਹੁੰਦਾ ਤਾਂ ਉਹਨੂੰ ਪੁੱਛ ਲਈਏ ਆਪਾਂ ਵੀ ਕਿਸ ਤਰ੍ਹਾਂ ਫਾਇਦਾ ਹੁੰਦਾ ਵਾ। ਆਪਾਂ ਕਾਨੂੰਨ ਜਿੱਥੇ ਬਣਦੇ ਆ ਉੱਥੇ ਅਮੈਂਡ ਵੀ ਹੁੰਦੇ ਆ, ਉੱਥੇ ਰੱਦ ਵੀ ਹੋ ਸਕਦੇ ਆ, ਨਵੇਂ ਵੀ ਬਣ ਸਕਦੇ ਆ। ਨਵਾਂ ਡਰਾਫਟ ਬਣਾ ਲਓ, ਸਾਂਝਾ ਡਰਾਫਟ ਬਣਾ ਲਓ। ਮੈਂ ਬੜੇ ਤਰ੍ਹਾਂ ਦੀਆਂ ਇਹਨਾਂ ਨੂੰ ਫਿਰ ਮੈਂ ਮਿਸਾਲਾਂ ਦੇ ਕੇ ਕਿਹਾ ਸੀ ਇਹਨਾਂ ਨੂੰ ਕਿ ਅੱਜ ਦੀ ਡੇਟ ਦੇ ਵਿੱਚ ਤਾਂ ਬੱਚਾ ਜਿਹੜੀ ਸਬਜ਼ੀ ਨਹੀਂ ਖਾਂਦਾ ਉਹਨੂੰ ਤੁਸੀਂ ਜ਼ਬਰਦਸਤੀ ਮਾਂ ਪਿਓ ਖਵਾ ਨਹੀਂ ਸਕਦੇ। ਕਹਿੰਦਾ ਮੈਂ ਰੋਟੀ ਵੀ ਨਹੀਂ ਖਾਂਦਾ, ਜਾਓ ਤੇ ਤੁਸੀਂ ਜ਼ਬਰਦਸਤੀ ਆਂਦੇ ਤੁਹਾਡਾ ਫਾਇਦਾ ਕਰਨਾ ਵਾ। ਫਾਇਦਾ ਜਿੰਨਾਂ ਦਾ ਕਰਨਾ ਉਹ ਹੀ ਨਹੀਂ ਜਦੋਂ ਮੰਨਦੇ ਪਏ ਤੇ ਆਪਾਂ ਕਿਉਂ ਐਡਾਮੈਂਟ ਹੋਏ ਹਾਂ? ਪਰ ਨੁਕਸਾਨ ਇੰਨਾ ਹੋ ਗਿਆ, 700 ਦੇ ਕਰੀਬ ਕਿਸਾਨ ਮਰ ਗਏ, ਫਾਈਨੈਂਸ਼ਲੀ ਨੁਕਸਾਨ ਹੋ ਗਿਆ ਰੇਲਵੇ ਦਾ, ਪੰਜਾਬ ਦਾ ਜਿਹੜਾ ਵਾ ਵਪਾਰ ਦਾ ਇੰਡਸਟਰੀ ਦਾ, ਇੰਨਾ ਨੁਕਸਾਨ ਕਰਨ ਤੋਂ ਬਾਅਦ ਫਿਰ ਉਹੀ ਗੱਲ ਕੀਤੀ ਇਹਦਾ ਫਾਇਦਾ ਕੀ ਹੋਇਆ? ਇਸ ਕਰਕੇ ਲੋਕ ਸਮਝਦੇ ਆ ਵੀ ਇਹ ਫੋਰਸਲੀ ਜਿਹੜਾ ਵਾ ਨਾ ਇਹ ਫੈਡਰਲ ਦੀ ਗੱਲ, ਫੈਡਰਲ ਢਾਂਚੇ ਦੀ ਜਿਹੜੀ ਗੱਲ ਹੁੰਦੀ ਇਹੀ ਆ ਅਧਿਕਾਰਾਂ ਦੇ ਉੱਤੇ ਜਿਹੜਾ ਵਾ ਅਧਿਕਾਰਾਂ ਦਾ ਹਨਨ। ਮੈਂ ਉਸ ਤੋਂ ਬਾਅਦ ਜਿਹੜਾ ਵਾ 2 ਮਹੀਨੇ ਬਾਅਦ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਇਆ। ਜੋਸ਼ੀ ਜੀ ਕਿਵੇਂ ਹੋ ਜੀ? ਇਸ ਕਰਕੇ ਵੀ ਇਹ ਰੀਜਨਲ ਪਾਰਟੀ ਆ, ਪੰਜਾਬ ਦੇ ਫੈਸਲੇ ਪੰਜਾਬ 'ਚ ਹੁੰਦੇ ਆ, ਪੰਜਾਬੀਆਂ ਦੀ ਭਾਵਨਾ ਦੇ ਅਕੋਰਡਿੰਗ ਹੁੰਦੇ ਆ। ਪੰਜਾਬ ਦੀ ਮਿੱਟੀ ਨੂੰ ਅਗਰ ਕੋਈ ਚਾਹੁੰਦਾ ਵਾ ਤਾਂ ਉਹ ਪੰਜਾਬ ਦੀ ਪਾਰਟੀ ਜਿਹੜੀ ਹੈ ਜਾਂ ਖੇਤਰ ਕਿਸੇ ਵੀ ਸਟੇਟ ਦੇ ਵਿੱਚ ਹੋਵੇ, ਜਿਹੜੀ ਰੀਜਨਲ ਪਾਰਟੀ ਉਹੀ ਲੋਕਾਂ ਦੀ ਨੇੜੇ ਹੁੰਦੀ ਆ, ਲੋਕਾਂ ਦੇ ਦਿਲ ਦੇ ਨੇੜੇ ਹੁੰਦੀ ਆ, ਲੋਕਾਂ ਦੀਆਂ ਭਾਵਨਾ ਸਮਝ ਸਕਦੀ ਹੈ ਅਤੇ ਉਹਨਾਂ ਦੇ ਅਕੋਰਡਿੰਗ। ਨੈਸ਼ਨਲ ਪਾਰਟੀਆਂ ਸਾਰਾ ਬਾਕੀ ਸਟੇਟਾਂ ਦੇਖਣੀਆਂ ਪੈਂਦੀਆਂ ਉਹਨਾਂ ਦੇ, ਉਹਦੇ ਫਿਰ ਨਹੀਂ ਤਾਂ ਸੋਚਦੇ ਆ ਜੇ ਪੰਜਾਬ 'ਚ ਕਰਤਾ ਬਾਕੀ ਕਿਸ ਤਰ੍ਹਾਂ ਕਰਾਂਗੇ। ਇਸ ਕਰਕੇ ਹੀ ਬਾਦਲ ਸਾਹਿਬ, ਕਿਉਂਕਿ ਰੀਜਨਲ ਪਾਰਟੀ ਸੀ, ਕਿਸਾਨਾਂ ਦੀ ਜਿਹੜੀ ਆ ਬਿਜਲੀ ਮਾਫ਼ ਕੀਤੀ ਬੰਬੀਆਂ ਦੀ, ਗਰੀਬਾਂ ਦਾ 200 ਯੂਨਿਟ ਮਾਫ਼ ਕੀਤਾ, ਇੰਨੀਆਂ ਵੈਲਫੇਅਰ ਦੀਆਂ ਸਕੀਮਾਂ ਬਣਾਈਆਂ, ਇਸੇ ਕਰਕੇ ਬਣਾ ਪਾਏ ਵੀ ਬਾਕੀ ਕੋਈ ਬੋਝ ਨਹੀਂ ਹੁੰਦਾ ਵੀ ਇੱਧਰ ਕਰ ਪਾਵਾਂਗੇ ਕਿ ਨਹੀਂ ਕਰ ਪਾਵਾਂਗੇ, ਦੂਜੇ ਡਿਮਾਂਡ ਕਰਨਗੇ ਕਿ ਨਹੀਂ ਕਰਨਗੇ। ਇਸ ਕਰਕੇ ਪੰਜਾਬ ਦੇ ਫੈਸਲੇ ਪੰਜਾਬ 'ਚ ਹੋਣਗੇ, ਪੰਜਾਬ ਦੀ ਮਿੱਟੀ ਦੇ ਨਾਲ ਪਿਆਰ ਹੈ ਇਸ ਪਾਰਟੀ ਨੂੰ। ਮੈਂ ਪੈਸ਼ਨ ਵੇਖਿਆ ਸੁਖਬੀਰ ਦੇ ਵਿੱਚ ਕਿਉਂਕਿ ਮੈਂ ਮਿਨਿਸਟਰ ਰਿਹਾ ਨਾਲ, ਲੋਕਲ ਗਵਰਨਮੈਂਟ ਡਿਪਾਰਟਮੈਂਟ ਤੁਹਾਨੂੰ ਪਤਾ ਬੜਾ ਇੰਪੋਰਟੈਂਟ ਡਿਪਾਰਟਮੈਂਟ ਹੁੰਦਾ, ਸਾਰੇ ਪੰਜਾਬ ਦੇ ਸ਼ਹਿਰਾਂ ਦੀ ਡਿਵੈਲਪਮੈਂਟ ਮੇਰੇ ਡਿਪਾਰਟਮੈਂਟ ਦੇ ਵਿੱਚ ਸੀਗੀ। ਪਰ ਸੁਖਬੀਰ ਜੀ ਦਾ ਵਿਜ਼ਨ, ਉਹਨਾਂ ਦਾ ਪੈਸ਼ਨ, ਉਹਨਾਂ ਦਾ ਜਨੂੰਨ ਜਿਹੜਾ ਵਾ
ਉਹਦੇ ਕਰਕੇ ਜੋ ਅਸੀਂ ਡਿਵੈਲਪਮੈਂਟ ਉਦੋਂ ਕਰ ਪਾਏ ਸੀ ਉਸ ਵੇਲੇ ਜੋ ਪੋਜ਼ਿਟਿਵ ਐਟੀਟਿਊਡ ਬਾਦਲ ਸਾਹਿਬ ਦਾ ਵੱਡੇ ਬਾਦਲ ਸਾਹਿਬ ਦਾ ਸੁਖਬੀਰ ਜੀ ਦਾ ਲੋਕਾਂ ਦੇ ਮੁੱਦਿਆਂ ਤੇ ਹੁੰਦਾ ਸੀ ਵੀ ਜਦੋਂ ਅਸੀਂ ਵਪਾਰੀਆਂ ਨੂੰ ਕਿਸੇ ਲੈ ਕੇ ਆਉਣਾ ਵੀ ਇਹਨਾਂ ਦਾ ਇਹ ਮਸਲਾ ਜੀ ਜਿੱਥੇ ਟੈਕਸ ਲੱਗ ਗਿਆ 7% ਕੱਪੜੇ ਦੇ ਮੈਂ ਬਾਦਲ ਸਾਹਿਬ ਨੂੰ ਕਿਹਾ ਇੱਕ ਦੋ ਮੀਟਿੰਗਾਂ ਛੋਟੀਆਂ ਛੋਟੀਆਂ ਹੋਈਆਂ ਕਹਿੰਦੇ ਥੋੜ੍ਹਾ ਘੱਟ ਕਰ ਲਈਏ 7% ਲੱਗਾ ਸੀ ਵੈਟ ਮੈਂ ਕਿਹਾ ਨਹੀਂ ਦੇਣਾ ਜੀ ਕਹਿੰਦੇ ਚਲੋ ਛੱਡ ਦਿਓ ਫਿਰ ਇਹ ਜਿਹੜਾ ਇੰਨਾ ਵੱਡਾ ਦਿਲ ਆ ਲੋਕਾਂ ਦੇ ਵਪਾਰੀਆਂ ਦੇ ਸ਼ਹਿਰੀਆਂ ਦੇ ਮਤਲਬ ਹਰ ਤਰ੍ਹਾਂ ਦੇ ਮੁੱਦਿਆਂ ਨੂੰ ਟੈਕਲ ਕਰਨਾ ਉਹਨਾਂ ਦੀ ਗੱਲ ਸੁਣ ਕੇ ਉਹਨੂੰ ਸਮਝ ਕੇ ਉਸੇ ਵੇਲੇ ਫੈਸਲਾ ਕਰਨਾ ਇਹ ਨੈਸ਼ਨਲ ਪਾਰਟੀਆਂ ਨੇ ਕੀਤਾ ਜੀ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਜਿਵੇਂ ਹੁਣ ਵਿਰੋਧੀ ਪਾਰਟੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬਰਗਾੜੀ ਦੇ ਕਾਂਡ ਦੇ ਨਾਲ ਜੋੜਦੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਰੇਤ ਮਾਫੀਆ ਦੇ ਨਾਲ ਜੋੜਦੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਚਿੱਟੇ ਦੇ ਨਾਲ ਜੋੜਦੀ ਹੈ ਇਹ ਸਾਰੀਆਂ ਘੁੰਮਣ ਘੇਰੀਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵਾਰ-ਵਾਰ ਲਿਆਂਦਾ ਜਾਂਦਾ ਕੀ ਦੇਖੋ ਮੈਂ ਕੋਲੀਸ਼ਨ 10 ਸਾਲ ਰਿਹਾ ਮੈਂ ਸਰਕਾਰ 'ਚ ਇਹ ਜਿਹੜੇ ਇਸ਼ੂ ਆ ਕ੍ਰੀਏਟ ਕੀਤੇ ਜਾਂਦੇ ਆ ਇਹ ਸ਼ੈਤਾਨ ਦਿਮਾਗ ਜਾਂ ਜਿਹੜੇ ਆਪੋਜੀਸ਼ਨ ਵਾਲੇ ਹੁੰਦੇ ਆ ਉਹਨਾਂ ਦੀਆਂ ਬਣਾਏ ਮੁੱਦੇ ਹੁੰਦੇ ਆ ਉਹੀ ਇਹ ਸਾਜ਼ਿਸ਼ਾਂ ਕਰਦੇ ਆ ਕਿਉਂਕਿ ਸਾਡੀ ਡਿਵੈਲਪਮੈਂਟ ਦਾ ਕੋਈ ਤੋੜ ਨਹੀਂ ਸੀ ਜਿੰਨੀ ਅਸੀਂ ਡਿਵੈਲਪਮੈਂਟ ਕਰਤੀ ਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਬਾਦਲ ਸਾਹਿਬ ਨੇ ਦੇ ਟਾਈਮ ਦੇ ਉੱਤੇ ਜਾਂ ਜਿੰਨਾ ਅਸੀਂ ਮਤਲਬ ਜਿਹੜਾ ਹਾਈਵੇਜ਼ ਬਣਾ ਦਿੱਤੇ ਜਿੰਨਾ ਵੈਲਫੇਅਰ ਦੀਆਂ ਸਕੀਮਾਂ ਜਿੰਨਾ ਲੋਕਾਂ ਨੂੰ ਸੁੱਖ ਦੇ ਦਿੱਤਾ ਲੋਕਾਂ ਦੇ ਮਸਲੇ ਤੁਰੰਤ ਹੱਲ ਹੁੰਦੇ ਸੀ ਉਹਨਾਂ ਨੂੰ ਕੋਈ ਤੋੜ ਨਹੀਂ ਲੱਭਾ ਇਸ ਕਰਕੇ ਇਹ ਇਸ਼ੂ ਕ੍ਰੀਏਟ ਕੀਤੇ ਸਾਜ਼ਿਸ਼ਾਂ ਰਚੀਆਂ ਕਿੱਥੋਂ ਕਰਵਾਇਆ ਕਿੰਨੇ ਕਰਵਾਇਆ ਇਹ ਹੈਡਾਂ ਜਿਹੜੀਆਂ ਚੀਜ਼ਾਂ ਰਹਿ ਗਈਆਂ ਮਤਲਬ ਇਹ ਚੀਜ਼ਾਂ ਜਿਹੜੀਆਂ ਵਾ ਨਾ ਬਜਾਏ ਇਹਦੇ ਵੀ ਇਹਨਾਂ ਦੀ ਤਹਿ ਤੱਕ ਜਾ ਕੇ ਇਹਨਾਂ ਦਾ ਅਸਲੀ ਜਿਹੜੇ ਦੋਸ਼ੀ ਆ ਉਹਨਾਂ ਨੂੰ ਬਾਹਰ ਲਿਆਂਦਾ ਜਾਵੇ ਜਿਹੜਾ ਬਜਾਏ ਉਹਦੀ ਟਾਰਗੇਟ ਜੋ ਉਹਨਾਂ ਦੇ ਮਨ 'ਚ ਸੀ ਵੀ ਟਾਰਗੇਟ ਸ਼੍ਰੋਮਣੀ ਅਕਾਲੀ ਦਲ ਨੂੰ ਕਰਨਾ ਵੀ ਇਹਨਾਂ ਦੇ ਉੱਤੇ ਮੜਨ ਦੀ ਕੋਸ਼ਿਸ਼ ਕਰਨੀ ਨਿਕਲੇ ਤਾਂ ਕੁਛ ਨਹੀਂ ਬੇਅਦਬੀ ਦੇ ਮੁੱਦੇ ਦੇ ਉੱਤੇ ਜਿਹੜੀ ਕੁੰਵਰ ਵਿਜੇ ਪ੍ਰਤਾਪ ਨੇ ਵੀ ਕੀਤੀ ਉਹਦੇ ਵੇਖੋ ਚਾਰ ਜਿਹੜੇ ਆ ਉਹ SIT ਦਾ ਜਿਹੜਾ ਚੀਫ ਸੀਗਾ ਉਹ ਰਿਜ਼ਾਈਨ ਕਰ ਗਿਆ ਤਿੰਨ ਦੂਜੇ ਮੈਂਬਰ ਰਿਜ਼ਾਈਨ ਕਰ ਗਏ ਇਕੱਲਾ ਹੀ ਸਾਈਨ ਕਰੀ ਗਿਆ ਇੱਕ ਸਟੋਰੀ ਘੜ ਕੇ ਉੱਥੇ ਲੈ ਗਏ ਇਹਦਾ ਮਤਲਬ ਇੰਨੀ ਕੁ ਗੁੰਮਰਾਹ ਕਰਤੀ ਵੀ ਅੱਜ ਦੀ ਡੇਟ ਦੇ ਵਿੱਚ ਸੋਚ ਨਹੀਂ ਸਕਦੇ ਤੇ ਵੀ ਉਹਦੇ ਅਸਲੀ ਦੋਸ਼ੀਆਂ ਤੱਕ ਪਹੁੰਚਿਆ ਜਾ ਸਕੂਗਾ ਇੰਨਾ ਉਹਨੂੰ ਜਿਹੜਾ ਵਾ ਤਰੋੜ ਮਰੋੜ ਦਿੱਤਾ ਇੱਛਾ ਕੀ ਸੀ ਪੋਲੀਟਿਕਸ ਦੇ ਵਿੱਚ ਆਉਣਾ ਇੱਕ ਪਾਰਟੀ ਨੂੰ ਟਾਰਗੇਟ ਕਰਕੇ ਅਤੇ ਇਹ ਚੀਜ਼ਾਂ ਜਿਹੜੀਆਂ ਵਾ ਇਹ ਲੋਕਾਂ ਨੂੰ ਸਮਝ ਆਉਣੀਆਂ ਚਾਹੀਦੀਆਂ ਵਾ ਵੀ ਇਹ ਚੀਜ਼ਾਂ ਬਣਾਈਆਂ ਜਾਂਦੀਆਂ ਇਹ ਮੁੱਦੇ ਬਣਾਏ ਜਾਂਦੇ ਆ ਕ੍ਰੀਏਟ ਕੀਤੇ ਜਾਂਦੇ ਆ ਸਾਜ਼ਿਸ਼ਾਂ ਕੀਤੀਆਂ ਜਾਂਦੀਆਂ ਵਾ ਜਿਹੜਾ ਜ਼ਿਆਦਾ ਲੋਕਾਂ ਦੇ ਵਿੱਚ ਚਲੇ ਜੇ ਜ਼ਿਆਦਾ ਸਰਕਾਰ ਵਧੀਆ ਹੋ ਜੇ ਉਹਨਾਂ ਦਾ ਤੋੜ ਲੱਭਣ ਵਾਸਤੇ ਚੀਜ਼ਾਂ ਕੀਤੀਆਂ ਜਾਂਦੀਆਂ ਇਹਨਾਂ ਨੇ ਕੀਤੀਆਂ ਵਾ ਆਪੋਜੀਸ਼ਨ ਆਖਰੀ ਸਵਾਲ ਪੁੱਛਣਾ ਚਾਹੂੰਗੀ ਜਿਹੜੇ ਬਿੱਲ ਰੱਦ ਹੋਏ ਨੇ PM ਮੋਦੀ ਵੱਲੋਂ ਰੱਦ ਕੀਤੇ ਗਏ ਨੇ BJP ਨੂੰ ਐਂਟਰੀ ਪੰਜਾਬ ਦੇ ਵਿੱਚ ਮਿਲ ਜਾਏਗੀ ਮੈਂ ਤੁਹਾਨੂੰ ਇਹੀ ਆਖਿਆ ਪਹਿਲਾਂ ਹੀ ਮੈਂ ਇਹ ਗੱਲ ਕਹੀ ਆ ਇਹ ਕਿਸਾਨਾਂ ਦੀ ਜਿੱਤ ਆ ਕਿਸਾਨਾਂ ਦੀ ਤਾਕਤ ਦੀ ਜਿੱਤ ਆ ਕਿਸਾਨਾਂ ਦੇ ਸਬਰ ਦੀ ਜਿੱਤ ਆ ਉਹਨਾਂ ਦੇ ਸੰਤੋਖ ਦੀ ਜਿੱਤ ਆ ਉਹਨਾਂ ਦੀ ਵਿਲ ਪਾਵਰ ਦੀ ਜਿੱਤ ਆ ਇਹਨੂੰ ਇਹਦਾ BJP ਨੂੰ ਕੋਈ ਫਾਇਦਾ ਨਹੀਂ ਹੋਣਾ ਵੀ ਪਹਿਲਾਂ ਚੀਜ਼ ਅਗਲੇ 'ਤੇ ਥੋਪੋ ਫਿਰ ਉਹਨੂੰ ਜਿਤਨਾ ਜਿਤਨਾ ਪਹਿਲਾਂ ਪਰਚਾ ਕਰ ਦਿਉ ਫਿਰ ਪਰਚਾ ਕੈਂਸਲ ਕਰ ਦਿਉ ਪ੍ਰਤਾੜਿਤ ਕਰਕੇ ਨੁਕਸਾਨ ਕਰਕੇ ਉਹਨਾਂ ਦਾ ਅਤੇ ਉਹ ਫਿਰ ਇਹ ਨਹੀਂ ਆ ਵੀ ਉਹਦੇ ਪ੍ਰਤੀ ਹਮਦਰਦੀ ਹੋ ਜਾਊਗੀ ਉਹ ਇਸ ਚੀਜ਼ ਦਾ ਜਿਹੜਾ ਖਮਿਆਜਾ ਉਹਨਾਂ ਨੂੰ ਭੁਗਤਣਾ ਪਊਗਾ ਕਰਨ ਦੇ ਲਈ ਸੋ ਇਹ ਸਨ ਅਨਿਲ ਜੋਸ਼ੀ ਜਿਨ੍ਹਾਂ ਦੀ ਬਾਣੀ ਤੁਸੀਂ ਸੁਣੀ ਹੈ ਕਿ BJP ਨੂੰ ਖਮਿਆਜਾ ਜਿਹੜਾ ਚੋਣਾਂ ਦੇ ਵਿੱਚ ਭੁਗਤਣਾ ਪਊਗਾ ਭਾਵੇਂ ਉਹ ਪੰਜਾਬ ਦੀਆਂ ਚੋਣਾਂ ਨੇ ਭਾਵੇਂ ਉਹ UP ਦੀਆਂ ਚੋਣਾਂ ਨੇ ਇਹਨਾਂ ਦੇ ਵਿੱਚ ਜਿਹੜੇ ਨੇ ਖਮਿਆਜਾ ਭੁਗਤਣ ਦੇ ਲਈ BJP ਤਿਆਰ ਹੋਵੇ ਇਹ ਸੀਗਾ ਉਹਨ ਵਰਕਰ ਦਾ ਕਹਿਣਾ ਜਿਹੜੇ ਕਿ ਪਹਿਲਾਂ BJP ਦੇ ਵਿੱਚ ਸੀ ਅਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨੇ ਅੱਜ ਦੇ ਲਈ ਬਸ ਇੰਨੇ ਮੈਨੂੰ ਯਾਨੀ ਕਿ NV ਮਾਜਰਨ ਤੋਂ ਇਜਾਜ਼ਤ ਕੈਮਰਾ ਪਰਸਨ ਬਾਦਲ ਦੇ ਨਾਲ ਬ੍ਰੇਕਿੰਗ ਨਿਊਜ਼ ਪੰਜਾਬ ਮੋਗਾ ਕੀ ਤੁਸੀਂ ਪਰੇਸ਼ਾਨ ਹੋ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਗੁਰੂ ਅਜਮੇਰੀ ਬਾਬਾ ਸੰਪਰਕ ਕਰੋ 9870721 ਖੋਇਆ ਪਿਆਰ ਵਾਪਸ ਪਾਓ 24 ਘੰਟੇ 'ਚ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਿਆਰ 'ਚ ਧੋਖਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਜ਼ਮੀਨੀ ਝਗੜਾ ਵਿਦੇਸ਼ ਯਾਤਰਾ ਇਮੀਗ੍ਰੇਸ਼ਨ ਮਸਲੇ ਔਲਾਦ ਸੁੱਖ ਬਿਮਾਰੀ 'ਚ ਦਵਾ ਨਾ ਲੱਗਣਾ ਕੀਤਾ ਕਿਰਾਇਆ ਦਾ ਜੜ ਤੋਂ ਖਾਤਮਾ ਗੁਪਤ ਵਸ਼ੀਕਰਨ ਕਰਾਓ ਮਨ ਚਾਹਾ ਪਿਆਰ ਪਾਓ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰਨ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਇਟਸ ਮਾਈ ਪ੍ਰੋਮਿਸ ਸੰਪਰਕ ਕਰੋ 9870721 ਖੁਦਾ ਦੇ ਘਰ ਦੇਰ ਹੈ ਪਰ ਹਨੇਰ ਨਹੀਂ ਕੀ ਤੁਸੀਂ ਪਰੇਸ਼ਾਨ ਹੋ ਅੱਜ ਹੀ ਸੰਪਰਕ ਕਰੋ ਗੁਰੂ ਬਸ਼ੀਰ ਖਾਨ ਕਾਲ ਕਰੋ 9814560154 ਪਤਾ ਲੁਧਿਆਣਾ ਹਰ ਪਰੇਸ਼ਾਨੀ ਦਾ ਹੱਲ ਪਾਓ 100% ਗਰੰਟੀ ਦੇ ਨਾਲ ਪਰੇਸ਼ਾਨੀ ਜਿਵੇਂ ਵਿਆਹ ਵਿੱਚ ਰੁਕਾਵਟ ਖੋਇਆ ਪਿਆਰ ਵਾਪਸ ਪਾਉਣਾ ਪਤੀ ਪਤਨੀ ਵਿੱਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਇਮੀਗ੍ਰੇਸ਼ਨ ਮਸਲੇ ਔਲਾਦ ਸੁੱਖ ਬੁਰੇ ਸੁਪਨੇ ਬਿਮਾਰੀ ਵਿੱਚ ਦਵਾ ਦਾ ਨਾ ਲੱਗਣਾ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਮੈਗਾ ਮਿਲੀਅਨ ਹਰ ਜਗ੍ਹਾ ਤੋਂ ਨਿਰਾਸ਼ ਅਤੇ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਨੂੰ ਖੂਨ ਦੇ ਹੰਝੂ ਨਹੀਂ ਰੋਣ ਦਿਆਂਗਾ ਇਟਸ ਮਾਈ ਪ੍ਰੋਮਿਸ ਗੁਰੂ ਬਸ਼ੀਰ ਖਾਨ 9814560154